ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਆਪਾਂ ਜਾ ਰਹੇ ਹਾਂ ਜੀ ਪਿੰਡ ਮੂਸੇ, ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਨੇੜੇ ਆਏ ਹਾਂ ਜੀ ਮੂਸੇ ਪਿੰਡ ਦੇ ਕੰਮ ਕਰਨ ਵਾਸਤੇ, ਅਤੇ ਆਪਾਂ ਤੁਹਾਨੂੰ ਕੁਛ ਯਾਦਾਂ ਤਾਰੀਆਂ ਕਰਕੇ ਆਵਾਂਗੇ ਜੀ, ਆਪਣਾ ਦਿਖਾ ਕੇ ਲੈ ਕੇ ਆਵਾਂਗੇ ਜੀ ਜਿੱਦਾਂ, ਹੈ ਨਾ ਜੀ। ਅਤੇ ਇਹ ਆ ਭਰਾ ਸਾਡੇ ਜੀ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਪੇਂਟਿੰਗ ਬਣਾਉਣ ਵਾਸਤੇ, ਅਤੇ ਇਹ ਭਰਾ ਹੁਣੇ ਜੀ ਕਹਿੰਦੇ ਸਾਨੂੰ ਵੀ ਲੈ ਕੇ ਚੱਲਦੇ ਜੀ ਮੂਸੇ ਪਿੰਡ, ਅਤੇ ਆਪਾਂ ਜਿੰਨਾ ਹੋ ਸਕਦਾ ਤੁਹਾਨੂੰ ਵੱਧ ਤੋਂ ਵੱਧ ਜੀ ਆਪਾਂ ਦਰਸ਼ਨ ਕਰਾਵਾਂਗੇ ਜੀ ਜਗ੍ਹਾ ਦੇ, ਹੈ ਨਾ ਜਿੱਦਾਂ ਜੀ ਕੋਠੀ ਦੇ ਹਵੇਲੀ ਦੇ ਜੋ ਉਹਨਾਂ ਦੀਆਂ ਨਿਸ਼ਾਨੀਆਂ ਬਾਈ ਦੀਆਂ, ਹੈ ਨਾ ਜੀ, ਉਹ ਚੀਜ਼ਾਂ ਸਾਰੀਆਂ ਆਪਾਂ ਦਿਖਾਵਾਂਗੇ ਜੀ। ਓਕੇ ਜੀ, ਧੰਨਵਾਦ ਜੀ, ਬਣੇ ਰਹੋ ਵੀਡੀਓ 'ਚ। ਉਹ ਕੋਠੀ ਨਾ ਜੀ ਸਾਹਮਣੇ ਉਹਦੀ ਦੀਵਾਰ ਤੇ ਬਣਾਈ ਆ ਜੀ, ਇੱਥੇ ਆਣਾ ਹੁਣ ਬੋਰਡ ਆਪਣਾ ਆ ਗਿਆ, ਇੱਥੇ ਲਿਖਿਆ ਹੋਣਾ ਮੂਸਾ ਜੀ। ਅਗਲੀ ਗੱਲ ਨਹੀਂ ਨਹੀਂ ਆ ਇੱਥੇ ਲਿਖਿਆ ਮੂਸਾ ਜੀ, ਉਹ ਤੇ ਅਗਲੀ ਕਹਿੰਦਾ ਲੈ ਦੱਸ ਮੈਂ ਹੀ ਤੇ ਬਣਾ ਕੇ ਗਿਆ ਯਾਰ ਆ ਬੋਰਡ ਦੀ ਬੋਰਡ ਦੀ ਉਹ ਬਣੀ ਭਾਜੀ ਜਿਸ ਕੀ ਇਹ ਬਣਾਈ ਜੀ ਆਪਾਂ ਪੇਂਟਿੰਗ ਪਹਿਲੇ ਚੰਗੀ ਹੈ ਤੇ ਘੈਂਟ ਘੈਂਟ ਹਨਾ ਰੰਗ ਰੁੰਗ ਨਹੀਂ ਫੇੜਾ, ਇੱਕ ਦਿਨ ਵਿਚਾਰਾ ਧੋਈ ਜਾਂਦਾ ਸੀ ਇਹਨੂੰ। ਲਓ ਜੀ ਇੰਟਰ ਹੋ ਗਿਆ ਆਪਾਂ ਪਿੰਡ ਮੂਸੇ, ਇੱਥੇ ਆਪਾਂ ਪਹਿਲਾਂ ਵੀ ਹੋ ਕੇ ਗਏ ਹਾਂ ਪੇਂਟਿੰਗ ਬਣਾਉਣ ਆਏ ਸੀ ਸਾਥੇ ਹਾਂਜੀ, ਅਤੇ ਗੱਲਬਾਤ ਸਾਰੀ ਤੁਹਾਨੂੰ ਦਿਖਾਉਂਗੀ ਚੱਕਰ ਵਾਲੀ ਗੱਲ ਦੀ ਛੋਟੇ ਦੀਆਂ ਫੋਟੋਆਂ ਦੇਖ ਲੱਗੀਆਂ ਇੱਥੇ ਖੇਡਦਾ ਰਿਹਾ ਸੀ ਵਾਲੀਬਾਲ, ਆਹ ਜਿੰਮ ਬਣੀ ਹੈ ਜੀ ਇੱਥੇ ਕਿਤੇ ਕਹਿੰਦੇ ਸੀ ਜਿੰਮ ਪਿੰਡ ਦੇ ਵਿੱਚ ਸ਼ਾਇਦ, ਉੱਥੇ ਵੀ ਕਹਿੰਦੇ ਸੀ ਕਿ ਪੇਂਟਿੰਗਾਂ ਬਣਾਉਣੀਆਂ ਮੂਸੇ ਵਾਲੇ ਦੀਆਂ। ਠੀਕ ਹੈ ਜੀ, ਲਓ ਜੀ ਬਾਬੇ ਉਹ ਹਵੇਲੀ ਦੇਖ ਰਹੀ ਹੈ ਜੀ, ਜਿਹੜੀ ਉਹਦੀ ਕਮੀ ਆ ਨਾ ਉਹ ਤਾਂ ਕਮੀ ਤੱਕ ਉਹ ਨਹੀਂ ਪੂਰੀ ਹੋਣੀ। ਲਓ ਜੀ ਸਾਰੀ ਆ ਗਏ ਜੀ ਆਪਾਂ ਪਿੰਡ ਮੂਸੇ, ਰੋਜ਼ਗਾਰ ਦੇਖੋ ਜੀ ਕਿੰਨਿਆਂ ਨੂੰ ਮਿਲਿਆ ਇੱਥੇ, ਚਲੋ ਜੀ ਤੁਹਾਨੂੰ ਅੰਦਰ ਦਿਖਾ ਕੇ ਲਿਆਉਂਦੇ ਹਾਂ ਬਾਈ ਦੀਆਂ ਨਿਸ਼ਾਨੀਆਂ। ਮਾਸਟਰ ਮਾਈਂਡ ਫੋਰਡ ਮਾਸਟਰ ਮਾਈਂਡ ਇਹਦਾ ਜ਼ੋਰ ਲਗਾਉਂਦਾ ਮੈਂ ਵੀ ਲਾ ਲਿਆ ਚੇਂਜ ਕਰਤੀ ਹੋਊਗੀ ਹਾਂ।
ਹਾਲੈਂਡ ਵੀ ਸੀਗਾ ਨਾ ਹਾਲੈਂਡ ਵੀ ਸੀਗਾ ਉਹ ਜੀਪ ਦੀ ਦਿਖਾਣੀ ਸੀ ਚੇਤਾ ਕਰਾਤਾ ਵੀ ਵਲੋਗ ਬਣਾਉਣ ਡਿਆ ਮੈਂ ਉਹ ਕੀਤਾ ਹੀ ਨਹੀਂ ਕੈਮਰਾ ਨੂੰ ਬੋਨਟ ਤੇ ਵੀ ਹੋਏਗਾ ਜੀ ਸ਼ਾਰਟਕੱਟ ਅਤੇ ਇੱਕ ਨੂੰ ਅਸੀਂ ਕਰ ਦੇਣਾ ਵੀ ਜਿੱਦਾਂ ਹੈ ਨਾ ਕੀ ਛੱਲਾ ਤਾਂ ਨੂੰਹ ਦਿੰਦਾ ਸੀ ਜਾਂ ਉੱਥੋਂ ਲੈ ਲੈਣਾ ਸੀ ਸਟਿੱਕਰ ਲੈਣਾ ਸਟਿੱਕਰ ਭਾਅ ਜੀ ਗੱਡੀ 'ਤੇ ਲਾਉਣ ਲਈ ਲਓ ਜੀ ਹਵੇਲੀ ਦੇ ਤੁਹਾਨੂੰ ਦਰਸ਼ਨ ਕਰਾਤੇ ਆ ਜੀ ਬਾਈ ਦੀਆਂ ਨਿਸ਼ਾਨੀਆਂ ਵੀ ਦਿਖਾਤੀਆਂ ਹੁਣ ਆਪਾਂ ਚੱਲਦੇ ਹਾਂ ਜੀ ਸਮਾਧ 'ਤੇ ਅਤੇ ਉੱਥੇ ਵੀ ਜਾ ਕੇ ਆਪਾਂ ਵੀਡੀਓ ਜਿਹੜੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਜੀ ਹਾਂਜੀ ਬਾਕੀ ਬਾਪੂ ਜੀ ਹੁਣੇ ਘਰ ਨਹੀਂ ਹੈਗੇ ਨਹੀਂ ਤਾਂ ਆਪਾਂ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਜੀ ਅਤੇ ਚਲੋ ਜੀ ਹੁਣ ਚੱਲਦੇ ਹਾਂ ਆਪਾਂ ਸਮਾਧ ਵੱਲ ਉਸ ਤੋਂ ਬਾਅਦ ਜਿੱਥੇ ਜਵਾਰਕੇ ਵੀ ਜਾਵਾਂਗੇ ਜਿੱਥੇ ਗੋਲੀਆਂ ਚੱਲੀਆਂ ਜੀ ਉਹ ਵੀ ਤੁਹਾਨੂੰ ਦਿਖਾ ਕੇ ਲੈ ਕੇ ਆਵਾਂਗੇ ਲਓ ਜੀ ਟਾਹਲੀ ਵਾਲੇ ਖੇਤ ਵੀ ਆ ਗਏ ਆਪਾਂ ਟਾਹਲੀ ਆ ਕੰਮ ਚੱਲ ਰਿਹਾ ਆਹ ਕੋਠਾ ਇੱਥੇ ਬਣਿਆ ਨੀ ਭਾਅ ਜੀ ਇੱਥੇ ਬਣਾਉਣੀਆਂ ਪੇਂਟਿੰਗ ਆਪਾਂ ਠੀਕ ਹੈ ਜੀ ਅਤੇ ਇਹਨਾਂ ਨੇ ਸਾਨੂੰ ਕਿਹਾ ਸੀ ਜੀ ਬਣਾਉਣੀ ਚੀਜ਼ ਖਾਸ ਹੀ ਬਣਨੀ ਹੈ ਟਾਹਲੀ ਦਿਖਾ ਰਿਹਾ ਸੀ ਮੈਂ ਤਾਂ ਆਪਾਂ ਹੁਣ ਚੱਲੇ ਜੀ ਵਾਪਸੀ ਅਤੇ ਸਾਡੇ ਕੋਲ ਟਾਈਮ ਵੀ ਥੋੜ੍ਹਾ ਜੀ ਆਪਾਂ ਹੁਣ ਜਾਣਾ ਜੀ ਗੁਰਦਾਸਪੁਰ ਅਤੇ 1 ਵੱਜ ਗਿਆ ਹੁਣ ਮਾਨਸੇ ਸਾਨੂੰ ਮੂਸੇ ਪਿੰਡ ਆ ਜੀ ਸਾਨੂੰ 1 ਵੱਜ ਗਿਆ ਆ ਅਤੇ ਗੁਰਦਾਸਪੁਰ ਜਾਣਾ ਆ ਜੇ ਟਾਈਮ ਨਾਲ ਨਹੀਂ ਨਿਕਲੇ ਤਾਂ ਗਾਂਹ ਸਾਨੂੰ ਹਨੇਰਾ ਹੋ ਸਕਦਾ ਜੀ ਅਤੇ ਦੇਖਦੇ ਆ ਜੀ ਕਿੱਦਾਂ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਾਕੀ ਬਹੁਤ ਧੰਨਵਾਦ ਜੀ ਸਪੋਰਟ ਕਰਨ ਵਾਸਤੇ